That's it? You good? Oh yeah. You got the adjustable extra to set it down? Yep. Okay. Yeah, just try the SFP first. Alright. Yep. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਆਈ ਹੋਪ ਹਮੇਸ਼ਾ ਵਾਂਗ ਅੱਜ ਹੀ ਵਧੀਆ ਹੋ ਗਏ ਜੀ। ਤਾਂ ਜੀ ਨਵਾਂ ਦਿਨ ਨਵੀਂ ਜੋਬ, ਅਤੇ ਅਸਲ 'ਚ ਅਸੀਂ ਕੱਲ੍ਹ ਆਏ ਸੀ ਗਿਆ ਟਾਵਰ 'ਤੇ, ਪਰ ਕੱਲ੍ਹ ਹਵਾ ਬਹੁਤ ਜ਼ਿਆਦਾ ਸੀ ਤਾਂ ਕਰਕੇ ਕੰਮ ਨਹੀਂ ਕਰ ਹੋਇਆ। ਸੋ ਅੱਜ ਕਰਨਾ ਅਗੇਨ, ਮੇਨ ਫਾਈਬਰ ਚੇਂਜ ਕਰਨੀ ਆ। ਮੇਨ ਤੋਂ ਮਤਲਬ ਹੁੰਦਾ ਜਿਹੜੀ ਉੱਪਰੋਂ ਥੱਲੇ ਆਉਣੀ ਆ, ਜਦੋਂ ਆਪਾਂ ਕਹਿੰਦੇ ਨੋਰਮਲ ਫਾਈਬਰ ਚੇਂਜ ਕਰਨੀ, ਉਹ ਹੁੰਦੀ ਵੀ ਟਾਵਰ ਦੇ ਉੱਪਰ ਇੱਧਰੋਂ ਇੱਧਰ ਜਾ ਰਹੀ ਆ। ਸੋ ਮੇਨ ਰਨ ਕਰਨੀ ਆ। ਕੱਲ੍ਹ ਔਲਰੇਡੀ ਇੱਕ ਵਾਰ ਮੈਂ ਚੜ੍ਹ ਲਿਆ ਸੀਗਾ, ਪਰ ਕੰਮ ਨਹੀਂ ਕਰ ਹੋਇਆ, ਤਾਂ ਕਰਕੇ ਥੋੜ੍ਹਾ ਜਿਹਾ ਪਤਾ ਟਾਵਰ ਦਾ ਈਜ਼ੀ ਹੋਵਾਂ। ਅਤੇ ਇਹ ਤੋਂ ਬਾਅਦ ਇੱਕ ਹੋਰ ਜੋਬ ਆ, ਉਹ ਥੋੜ੍ਹਾ ਚੜ੍ਹਨਾ ਟਫ ਆ, ਅਤੇ ਉਹਦਾ ਸੈਟਅਪ ਜਿਹਾ ਵੀ ਨਹੀਂ ਇੰਨਾ ਵਧੀਆ, ਕੰਮ ਉਹਦੇ 'ਤੇ ਵੀ ਸ਼ਾਇਦ ਥੋੜ੍ਹਾ ਹੀ ਆ। ਬਾਕੀ ਚਲੋ ਦੇਖਦੇ ਹਾਂ। ਅਤੇ ਬਾਕੀ ਵਿਊਜ਼ ਤੁਹਾਨੂੰ ਉੱਪਰ ਵਾਲੇ ਕੈਮਰੇ ਨਾਲ ਦਿਖੀ ਜਾਣਗੇ, ਨਾਲ ਨਾਲ ਕਰ ਰਿਹਾ ਰਿਕਾਰਡ। ਅਤੇ ਹਾਂ ਜੀ, ਰਾਹ 'ਚ ਰੈਸਟ ਲੈ ਰਿਹਾ। ਆ ਇੱਧਰ ਇਹਨਾਂ ਦੀ ਰੇਲ ਥੋੜ੍ਹੀ ਜਿਹੀ ਲੇਕ ਜੀ ਬਣੀ ਹੋਈ ਹੈ, ਦੇਖ ਸਕਦੇ ਹੋ। ਬਾ ਜੀ ਚੱਲਦੇ ਹਾਂ ਉੱਪਰ, ਅਤੇ ਹਾਂ ਵਾਇਰ ਦੀ ਆ ਫਾਈਬਰ ਜਿਹੜੀ ਮੈਂ ਨਾਲ ਚੱਕੀ ਫਿਰ ਰਿਹਾ, ਬਸ ਇਹ ਆਪਾਂ ਉੱਪਰ ਪਲੱਗ ਕਰਕੇ ਅੰਦਰੋਂ ਅੰਦਰ ਥੱਲੇ ਭੇਜ ਦੇਣੀ, ਥੱਲੇ ਸਿੱਧੂ ਨੇ ਕਰ ਦੇਣੀ। ਸੋ ਬਸ ਜੀ ਆਪਾਂ ਰੈਸਟ ਹੋਏਗੀ, ਚਲੋ ਹੁਣ ਬਾਕੀ ਉੱਪਰ ਜਾ ਕੇ ਦੇਖਦੇ। ਵੈਸੇ ਜਿੱਦਣ ਦਾ ਮੈਂ ਦੋ ਚਾਰ ਵੀਡੀਓ ਜੀ ਪਾਈਆਂ, ਮੈਂ ਤੁਹਾਨੂੰ ਹਰ ਵਾਰ ਕਹਿੰਦਾ ਰਹਿੰਦਾ ਵੀ ਆਹ ਵਾਲੀਆਂ ਪੌੜੀਆਂ ਜਾਂ ਇੱਕ ਦੋ ਵੀਡੀਓ ਜਿਹੜੇ ਪੈਕ ਲਾਈਵ ਦਿਖਾਏ ਵੀ ਉਹ ਸਭ ਤੋਂ ਔਖੇ ਵਾਲੇ ਆ, ਵੀ ਦੂਜੇ ਵਾਲੇ ਵਧੀਆ ਹੁੰਦੇ ਆ। ਮੈਂ ਕਦੋਂ ਦੀ ਵੀਡੀਓ ਬਣਾਉਣੀ ਫਿਰਦਾ ਵੀ ਉਹ ਵਾਲੀ ਸੌਖੀ ਵਾਲੀ ਪੌੜੀ ਆਵੇ ਅਤੇ ਮੈਂ ਬਣਾਵਾਂ, ਪਰ ਉੱਧਣ ਦੀਆਂ ਆਹੀ ਆ ਰਹੀਆਂ ਕੁਦਰਤੀ। ਇਹਦੇ 'ਚ ਆਏ ਹਾਂ, ਵਰਕਆਊਟ ਵਧੀਆ ਹੋ ਜਾਂਦਾ ਪੂਰੀ ਬਾਡੀ ਦਾ। ਉਹ ਦੂਜੀ ਵਾਲੀਆਂ ਸੌਖੇ ਵਾਲੀਆਂ ਪੌੜੀਆਂ 'ਚ ਇਕੱਲੀ ਲੱਤਾਂ ਦੀ ਜਾਨ ਜ਼ਿਆਦਾ ਲੱਗਦੀ ਹੈ। ਸ਼ੁਕਰ ਠੀਕ ਆ, ਹਵਾ ਵੀ ਨਹੀਂ ਚੱਲ ਰਹੀ ਬਹੁਤੀ ਅਤੇ ਠੰਡ ਵੀ ਠੀਕ ਆ। ਕੱਲ੍ਹ ਤਾਂ ਠੰਡ ਵੀ ਸੀਗੀ ਅਤੇ ਹਵਾ ਤਾਂ ਪੁੱਛੋ ਨਾ, ਬਹੁਤੀ ਤੇਜ਼ ਹੋ ਗਈ ਸੀ, ਥੱਲੇ ਇੰਨੀ ਫੀਲ ਨਹੀਂ ਹੋ ਰਹੀ ਸੀ, ਪਰ ਜ਼ਿਆਦਾਤਰ ਜੇ ਉੱਪਰ ਚੜ੍ਹਿਆ ਬਹੁਤਾ ਬੁਰਾ ਹਾਲ ਹੋ ਗਿਆ ਸੀ। ਬਟ ਚਲੋ ਬੱਗਿਆ, ਦੇਖੋ ਤੁਹਾਨੂੰ ਮੈਂ ਆਹ ਵਾਲੇ ਇਲਾਕੇ ਦਿਖਾ ਦੇਣਾ,
ਇਹ ਆਪਾਂ ਬ੍ਰੈਂਪਟਨ ਟੋਰਾਂਟੋ ਵੱਲ ਫਿਰਦੇ ਹਾਂ ਨਾ, ਉੱਥੇ ਤਾਂ ਐਂ ਲੱਗਦਾ ਵੀ ਸਾਰੀ ਕਿੰਨੀ ਉਹ ਜਨਤਾ ਵੀ ਉਰੇ ਆ ਗਈ ਹੈ ਨਾ। ਪਤਾ ਨਹੀਂ ਕੈਨੇਡਾ 'ਚ ਜਿਵੇਂ ਜਗ੍ਹਾ ਨਹੀਂ, ਪਰ ਤੁਸੀਂ ਟੋਰਾਂਟੋ ਜਾਂ ਬ੍ਰੈਂਪਟਨ ਕੋਈ ਵੀ ਮੇਨ ਸਿਟੀ ਤੋਂ 100-150 ਕਿਲੋਮੀਟਰ ਮਤਲਬ ਨੌਰਥ ਵੱਲ ਨੂੰ ਚਲੇ ਜਾਓ ਜਾਂ ਸਾਈਡਾਂ ਨੂੰ ਚਲੇ ਜਾਓ ਕਿਤੇ ਵੀ, ਬਸ ਆਹੀ ਆ ਟਾਵਾਂ ਟਾਵਾਂ ਘਰ। ਉਰੇ ਵੀ ਆ ਦੇਖ ਲਓ ਖੇਤੀ ਖੇਤ, ਮੋਸਟਲੀ ਕਿਤੇ ਕਿਤੇ ਘਰ ਬਣੇ ਹੋਏ ਆ। ਇਹ ਵੀ ਹਜੇ ਕਹਿ ਲਓ ਵੀ ਪਿੰਡ ਜਿਹਾ ਹੈ ਇੱਧਰ ਦਾ ਇੱਕ ਛੋਟਾ ਜਿਹਾ ਤਾਂ ਨੇ, ਪਰ ਜੇ ਤੁਸੀਂ ਉਵੇਂ ਲੰਘਦੇ ਫਿਰਦੇ ਹੋ ਰਾਹ 'ਚ ਜਿਵੇਂ ਹੁਣ, ਫਿਰ ਤਾਂ ਜਮ੍ਹਾਂ ਘਰ ਨਹੀਂ ਹੈਗੇ। ਅਤੇ ਉਹ ਵੀ ਆਪਣੇ ਆਹ ਇਲਾਕਿਆਂ 'ਚ ਜਿੱਥੇ ਲੋਕ ਵੱਸਦੇ ਆ। ਅਤੇ ਤੁਸੀਂ ਹੋਰ ਕੈਨੇਡਾ ਦੇ ਬਾਕੀ ਪ੍ਰੋਵਿੰਸ 'ਚ ਜਾਂਦੇ ਹੋ ਜਾਂ ਉੱਪਰ ਨੂੰ ਜਾਂਦੇ ਹੋ ਨੌਰਥ ਵੱਲ ਨੂੰ ਜਿੱਥੇ ਬਹੁਤ ਲੋਕ ਘੱਟ ਵੱਧ, ਉੱਥੇ ਤਾਂ ਜਮ੍ਹਾਂ ਹੀ ਖਾਲੀ ਪਿਆ। ਬਾਕੀ ਸਿੱਧੂ ਹੁਣੀ ਉਹ ਖੜ੍ਹੇ ਨੇ ਨੀਚੇ। ਹੋਪਫੁਲੀ ਜਿੰਨਾ ਕੁ ਸੋਚਿਆ ਉਹ ਜੇ ਬਾਕੀ ਸੱਚ। ਹਾਂ, ਤਾਰ ਚੇਂਜ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਡਿਵਾਈਸ ਹੁੰਦਾ, ਮੈਂ ਉੱਪਰ ਜਾ ਕੇ ਤੁਹਾਨੂੰ ਦਿਖਾ ਦੂੰਗਾ, ਮਤਲਬ ਪੈਂਡਰਾਈ ਵਰਗਾ ਹੁੰਦਾ, ਕੀ ਪਤਾ ਉਹ 'ਚ ਪਾ ਕੇ ਲੱਗ ਜੇ, ਮਤਲਬ ਉਹ ਬਦਲ ਕੇ ਕੰਮ ਸਰ ਜੇ। ਸੋ ਪਹਿਲਾਂ ਉਹ ਕਰਨਾ, ਜੇ ਉਹ ਹੋਇਆ ਫਿਰ ਤਾਂ ਤਾਰ ਦੀ ਲੋੜ ਨਹੀਂ। ਤਾਂ ਬਾਕੀ ਚਲੋ ਦੇਖਦੇ ਹਾਂ, ਥੋੜ੍ਹਾ ਜਿਹਾ ਹੀ ਰਹਿ ਗਿਆ ਹੁਣ ਤਾਂ ਇੱਕ ਵਾਰ 'ਚ ਜਾ ਹੋ ਜਾਣਾ। ਕੱਲ੍ਹ ਪਤਾ ਨਹੀਂ ਹਵਾ ਕਰਕੇ ਜਾਂ ਵੈਸੇ ਹੀ ਲਾ ਲਓ, ਕੱਲ੍ਹ ਥੋੜ੍ਹਾ ਜਿਹਾ ਮੈਂ ਮਤਲਬ ਕੱਲ੍ਹ ਨਾਲੋਂ ਅੱਜ ਥੋੜ੍ਹਾ ਜਿਹਾ ਫਾਸਟ ਚੜਿਆ। ਅਤੇ ਟਾਵਰ ਇਹ ਮੈਨੂੰ ਲੱਗਦਾ ਹੋਊਗਾ 150-200 ਫੁੱਟ ਦੇ ਵਿੱਚ ਹੋਊਗਾ, 150-200 ਫੁੱਟ ਹੈਗਾ ਸ਼ਾਇਦ। ਹਾਂ, 150-200 ਦੇ ਵਿੱਚ ਹੈਗਾ। ਸੁਭਾਸ਼ ਜੀ ਰੈਸਟ ਹੋਏ ਗਈ, ਹੁਣ ਉੱਪਰ ਜਾ ਕੇ ਆਪਾਂ ਖੜਦੇ ਹਾਂ ਫਿਰ ਦੇਖਦੇ ਹਾਂ। ਟਾਵਰ ਹਜੇ ਹੋਰ ਉੱਪਰ ਤੱਕ ਜਾਂਦਾ ਕਾਫੀ, 50-100 ਫੁੱਟ, 50 ਕੁ ਫੁੱਟ। ਪਰ ਐਂ ਵੀ ਰੇਡੀਓ ਪੈਕ ਥੱਲੇ ਲੱਗਿਆ ਵਾ, ਖਰਾਬ ਵਾਲੇ ਰੇਡੀਓ 'ਤੇ ਕੰਮ ਕਰਨਾ। ਅਤੇ ਜਿਹੜੀ ਆਹ ਤਾਰ ਜਾ ਰਹੀ ਆ ਆਹ ਵਾਲੀ, ਇਹ ਫਿਲਹਾਲ ਉੱਪਰ ਦੀ ਉੱਪਰ ਜਾ ਰਹੀ ਆ, ਪਰ ਆਪਾਂ ਹੁਣ ਉੱਪਰ ਦੀ ਉੱਪਰ ਨਹੀਂ, ਇਹਦੀ ਇਹਨੂੰ ਸਿੱਧੀ ਥੱਲੇ ਭੇਜ ਦੇਣਾ ਇਹਦੇ ਰਾਹੀਂ ਇਹਦੇ ਅੰਦਰ। ਸੋ ਬਸ ਜੀ ਇੰਨਾ ਕੁ ਕੰਮ ਆ, ਅੱਜ ਯੂਜਲੀ ਚੜ੍ਹਨ ਆਉਣ ਵਾਲੇ ਔਖਾ ਹੁੰਦਾ, ਬਟ ਉਹੀ ਆ ਵੀ ਆਹ ਤਾਂ ਅੱਜ ਨੇੜੇ ਆ। ਇਹ ਚੀਜ਼ ਕਈ ਵਾਰ ਬੜਾ ਟਾਵਰ ਹੁੰਦਾ, ਐਨ ਟਾਵਰ ਦੇ ਉੱਪਰਾਂ ਜਾ ਕੇ ਲੱਗਿਆ ਹੁੰਦਾ, ਉਹ ਵੀ ਲੈਡਰ ਤੋਂ ਪਰਲੀ ਸਾਈਡ, ਤਾਂ ਮੂਵ ਕਰਦੇ ਕਰਦੇ ਜਾਓ, ਅੱਧਾ ਘੰਟਾ ਪਹਿਲਾਂ ਉਹ 'ਚ ਲੱਗ ਜਾਂਦਾ, ਫਿਰ ਵਾਪਸ ਵੀ ਆਉਣਾ, ਫਿਰ ਵਿੱਚ ਵੀ ਮੂਵ ਕਰਨਾ, ਇਹ ਤਾਂ ਚੱਲ ਨੇੜੇ ਆ। ਬਾਕੀ ਦੇਖਦੇ ਹਾਂ ਕੀ ਕਹਿੰਦਾ ਉਹਨੇ, ਬਾਕੀ ਤੁਹਾਨੂੰ ਸਮਝਾ ਦੇਣਾ ਆਹ ਚੀਜ਼ ਜੀ ਹੁੰਦੀ ਹੈ, ਇਹਨੂੰ ਇਹ ਫਾਈਬਰ ਹੁੰਦੀ ਆ, ਅਤੇ ਆਮ ਉਰੇ ਜਿਹੜੀ ਮੈਂ ਪੈਨ ਡਰਾਈਵ ਜੀ ਕਹਿੰਦਾ ਇਹਨੂੰ SFP ਕਹਿ ਦਿੰਦੇ ਆ। ਤਾਂ ਜਿਹੜੀ ਨੋਰਮਲ ਫਾਈਬਰ ਹੁੰਦੀ ਆ ਉਹ ਉਰੇ ਤੋਂ ਪੋਰਟ ਬਾਕਸ ਪਰ ਰਨ ਕਰ ਜਾਂਦੀ, ਇੱਕ ਤੁਸੀਂ ਵਲੌਗ 'ਚ ਦੇਖਿਆ ਹੋਣਾ, ਜਿਹੜੀਆਂ ਮੇਨ ਫਾਈਬਰ ਹੁੰਦੀਆਂ ਉਹ ਉੱਪਰੋਂ ਡਾਇਰੈਕਟਲੀ ਥੱਲੇ ਰਨ ਕਰਦੀਆਂ ਨੇ। ਸੋ ਐਨੀ ਹਾਓ ਜੀ ਹੁਣ ਕੰਮ ਬਦਲ ਗਿਆ ਥੋੜ੍ਹਾ ਜਿਹਾ, ਕੰਮ ਐਂ ਬਦਲ ਗਿਆ ਵੀ ਆਹ ਜਿਹੜੇ ਪੋਰਟ ਦੀ ਖਰੇ ਹੋਣੇ ਜਿੱਥੇ ਵਿੱਚ ਨੂੰ ਸਾਨੂੰ, ਇਹ ਦੋਨੇ ਖਰਾਬ ਨੇ, ਮੈਂ ਇੱਧਰ ਵੀ ਫਸਾ ਕੇ ਦੇਖੀ ਤਾਰੇ 'ਚੋਂ ਵੀ ਨਿਕਲੀ ਜਾਂਦੀ ਹੈ 'ਚ ਵੀ। ਸੋ ਹੁਣ ਰੇਡੀਓ ਹੀ ਥੱਲੇ ਤਾਂ ਥੱਲੇ ਜਾਊਗਾ ਪੂਰੇ ਦਾ ਪੂਰਾ, ਅਤੇ ਜਿੰਨੇ ਨੂੰ ਹੁਣ ਮਨਾ ਆਉਂਦਾ ਉੱਪਰ ਤਾਰਾਂ ਤੂਰਾਂ ਲੈ ਕੇ, ਅਤੇ ਉਹਨੇ ਨੂੰ ਮਹਾਂ ਬਾਕੀ ਚੀਜ਼ਾਂ ਖੋਲ੍ਹ ਦਿੰਦਾ। ਸੋ ਬਸ ਜੀ ਆਹ ਤਾਰਾਂ ਤੂਰਾਂ ਹੁਣ ਜਿੰਨੀਆਂ ਵੀ ਨੇ ਆ ਸਾਰੀਆਂ, ਮਤਲਬ ਇੱਧਰਲੇ ਰੇਡੀਓ ਪਰ ਸਮਝਾ ਦਿੰਦਾ, ਆਹ ਹੈਗੀਆਂ ਸਾਰੀਆਂ ਤਾਰਾਂ, ਆਹ ਇਹ ਸਾਰਾ ਕੱਢਣਾ ਤਾਂ ਕੀ ਆ, ਸਿੱਧੂ ਆਵੇ ਫਿਰ ਬਸ ਆਹ ਨਟ ਖੋਲ੍ਹਣਾ ਪਵੇ, ਫਿਰ ਉਹ ਮੇਰੀ ਰੋਪ ਰਾਹੀਂ ਰੇਡੀਓ ਥੱਲੇ ਭੇਜਾਂਗੇ, ਥੱਲੋਂ ਉੱਪਰ ਆਊਗਾ। ਸੋ ਇਹ ਚੀਜ਼ ਜੀ ਆ, ਉਹ ਜੀ ਸਿੱਧੂ ਜੀ ਉੱਪਰ ਆ ਗਏ ਨੇ, ਸਿੱਧੂ ਜੀ ਸੇ ਹਾਏ। ਲੋ ਜੀ ਜਿਹੜਾ 5 ਮਿੰਟ ਦਾ ਕੰਮ ਸੀਗਾ, ਜਿਹੜਾ ਪਹਿਲਾਂ ਤਾਰਾਂ ਹੀ ਚੇਂਜ ਕਰਨ ਵਾਲੇ ਮੈਂ ਦੱਸਦਾ ਸੀ, ਹੁਣ ਕੰਮ ਵੱਧ ਗਿਆ, ਹੁਣ ਪੂਰਾ ਜਿਵੇਂ ਮੈਂ ਦੱਸਿਆ ਰੇਡੀਓ ਸਵਾਪ ਕਰਨਾ ਪੈਣਾ। ਸੋ ਬਸ ਵਧੀਆ ਤਿਆਰੀ ਕਰ ਰਹੇ ਹਾਂ, ਸਿੱਧੂ ਰੋਪ ਲੈ ਕੇ ਆਇਆ ਉੱਪਰ, ਉਹ ਆਪਾਂ ਹੁਣ ਉਰੇ ਪੁਲੀ ਪਾਤੀ ਆ, ਉਹ ਥੱਲੇ ਰੋਪ ਜਾ ਰਹੀ ਆ, ਆਹ ਰੇਡੀਓ ਪਹਿਲਾਂ ਥੱਲੇ ਭੇਜਣਾ ਫਿਰ ਥੱਲੋਂ ਵਾਲਾ ਉੱਪਰ ਆਊਗਾ, ਅਤੇ ਉਹ ਜਿਹਦੇ ਪਰ ਨੀਲਾ ਜਿਹਾ ਸਟ੍ਰੈਪ ਬੰਨਿਆ ਉਹ ਵਾਲਾ ਰੇਡੀਓ ਚੱਕ ਕੇ ਆਪਾਂ ਕਰਨਾ। ਸੋ ਜੀ ਆਹ ਤਿਆਰੀ ਤਾਂ ਕਰ ਲਈ ਆ, ਬਸ ਹੁਣ ਰੇਡੀਓ ਖੋਲ੍ਹਣਾ ਰਹਿ ਗਿਆ, ਉਹ ਕਰਦੇ ਹਾਂ, ਮੈਂ ਵੀ ਦੁਬਾਰਾ ਥੱਲੇ ਚਾਹੁੰਦਾ।
ਵੀਡੀਓ ਤਾਂ ਪਾ ਲਿਆ ਹਨਾ ਕਰਾਂ ਨਾ ਟਿੱਲਾ T40 आ चीज की आप गल कर रहे थे जो नट दिख रहा है वह खोल के रेडियो बाहर आ जाता पर उन्हें जमिया भी है सारा सो थलो वाशर फलूड है तो या अपना एक डी WD-40 हों मंगाया वा देखते वह करके मतलब जो थलो भेजना है ये पार्ट से ज़्यादा औखे लगते हैं पर जबकि वो उत्थे नहीं आनी खिचड़ खिचड़ की आ गल करके तो टाइम भी यही खानी है या रेडियो फस गया सड़ी जी एक नट करके तो मोस्टली 100 to 90 बार का टाइम लगता ही यूट्यूब टाइम दिता करके लगता कदम भी जो मेन प्रोसैस वो नहीं कदम भी टाइम खाता तो मैं जो भेजूगी पहले बैग भेजू क्डा फिर रेडियो थले जाऊगा नहीं तो कितने उन्हें असं सीधा हम रेडियो थले भेजना था बैग तो रेडियो सीधा उपर आ जाना पता नहीं आओ जी स्लो बड़ी आ जा रहे चलो सो बस जी हम आप कर दिए बंद बाद चो जो कुछ हो फिर ऑन कर लाँगे फिर थोड़ा बता देंगे बस तो मैं ऑलरेडी वीडियो दिखाई भी है जी नहीं देखी तुम मैं कल एक ब्लॉग देख सकते हो उसका नाम है व्यूज फ्रॉम 200 feet सो देख सकते हो तो वो आप विंच कर सारा उस सिद्धू ने थले सिद्धू ने थले पार्ट भी दिखाया वा भी किमें होंगी है बाकी चलो मिलते हैं जी फिर बाद चलो जी रेडियो आ गया बाकी कैमरा ठंड करके बंद हो ही जाता जो हम बंद हो गया तो आप फिर कुछ नहीं कर सकते पर सीधा थले जाके मिलेंगे हम सू तो बस हूँ अही करना आसा लेना मेरा पैर च ना मार देखते बंद ही कर दुपर कर सकता मड़ी होल 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 बबे आप तो कराने वाले ना आप ही कर लें ए कर थलो चुका दे माड़ा स्लैग चाहिए स्लैग चलो जी आप पहुंच गया होपफुली कैमरे ने रिकॉर्ड कर लिया देखिए होपफुली हो रहा हाँ, हाँ, दे पहला मैं फिर उपर ही रहना तू कर कई बार मैं यह जी पोजिशन जी काम करता ना मतलब बस वही घोल कह लिया कुछ फिर मैं सोचता ना मैं इन्ना बुझ क्यों औखा हो दो तीन मिनट कर दें फिर यार इधर भी खड़ सकता ना बंदा वो लगे हाथ जी होंगे वीडियो हो जाना तारा खोलिया वैसे मैं वीडियो तो बना नहीं सकिया सिद्धू दोबारा ला दूगा
ਤੇ ਫਿਰ ਉਹਨੂੰ ਰੇਡੀਓ ਆਨ ਕਰਨ ਨੂੰ ਕਹਾਂਗੇ ਜੇ ਤਾਂ ਚੱਲ ਗਿਆ ਠੀਕ ਹੈ ਫਿਰ ਅਸੀਂ ਦੋਹੇ ਥੱਲੇ ਚਲੇ ਜਾਣਾ ਇਕੱਠਿਆਂ ਨੇ ਨਹੀਂ ਤਾਂ ਫਿਰ ਸਿੱਧੂ ਸ਼ੁਰੂ ਕਰ ਦੂੰਗਾ ਅਤੇ ਮੈਂ ਮੀਨ ਵਾਈਲੋ ਜਿਹੜੀ ਤੁਹਾਨੂੰ ਜਗ੍ਹਾ ਦਿਖਾਈ ਸੀ ਉਹਦੇ ਵਿੱਚ ਮੇਨ ਫਾਈਬਰ ਥੱਲੇ ਰਨ ਕਰਨੀ ਸਟਾਰਟ ਕਰ ਦੂੰਗਾ ਤਾਂ ਜਦ ਨੂੰ ਫਾਈਬਰ ਪਹੁੰਚੂ ਜਦ ਨੂੰ ਸਿੱਧੇ ਨੂੰ ਪਹੁੰਚਣ ਤਾਂ ਫਿਰ ਪਲੱਗਇਨ ਹੋ ਜੂਗੀ ਅਤੇ ਡਨ ਆ ਬੜਾ ਕੰਮ ਨਹੀਂ ਹੋ ਜੀ ਤੁਹਾਨੂੰ ਦੁਬਾਰਾ ਅਪਡੇਟ ਕਰ ਦਈਏ ਇੱਕ ਅਪਡੇਟ ਤਾਂ ਆ ਵੀ ਇਹ ਤੋਂ ਬਾਅਦ ਜਿਹੜੀ ਮੈਂ ਕਿਹਾ ਸੀ ਦੂਜੀ ਸਾਈਟ ਆ ਉਹ ਹੁਣ ਰੀਸਕੈਜੂਲ ਕਰਾਉਣੀ ਪੈਣੀ ਆ ਕਿਉਂਕਿ ਆਹ ਹਾਰਡਲੀ ਸਾਨੂੰ ਐਂ ਸੀ ਵੀ ਉਰੇ ਇਨ ਆਊਟ ਹੋਣਾ ਵੀ ਘੰਟਾ ਕੁ ਲੱਗ ਜੂਗਾ ਉਰੇ ਫਿਰ ਉਹ ਤੋਂ ਬਾਅਦ ਦੂਜੀ 'ਤੇ ਚੱਲਿਆ ਪਰ ਉਰੇ ਹੁਣ 4-5 ਘੰਟੇ ਲੱਗ ਜਾਣੇ ਪਰ ਲੱਗ ਗਏ ਨੇ ਅਤੇ ਤਾਂ ਕਰਕੇ ਹੁਣ ਅਗਲੀ ਵਾਲੀ ਰੀਸਕੈਜੂਲ ਕਰਾਵਾਂਗੇ ਅਤੇ ਰਹੀ ਗੱਲ ਆਹ ਰੇਡੀਓ ਦੀ ਤਾਂ ਸਾਨੂੰ ਐਂ ਲੱਗ ਰਿਹਾ ਵੀ ਜਿਹੜਾ ਸਾਰਾ ਪ੍ਰੋਸੈਸ ਕਰਿਆ ਸ਼ਾਇਦ ਲੋੜ ਨਾ ਪੈਂਦੀ ਉਹ ਐਸ ਐਫ ਪੀ ਹੁੰਦੀ ਪਰ ਕਈ ਚੀਜ਼ਾਂ ਐਂ ਹੁੰਦੀਆਂ ਵੀ ਆਪਾਂ ਜਿਹੜਾ ਪ੍ਰੋਸੀਜਰ ਹੁੰਦਾ ਫੋਲੋ ਕਰ ਲੈਂਦੇ ਈਵਨ ਡਬਲ ਚੈੱਕ ਵੀ ਕਰ ਲੈਂਦੇ ਹਾਂ ਚੀਜ਼ਾਂ ਪਰ ਕਈ ਵਾਰ ਉਹ ਡਬਲ ਚੈੱਕ ਤੋਂ ਬਾਅਦ ਵੀ ਪ੍ਰੋਬਲਮ ਆ ਜਾਂਦੀ ਉਹ ਤੀਜੀ ਵਾਰ ਵਾਲਾ ਚੱਕਰ ਹੋ ਜਾਂਦਾ ਤਾਂ ਉਹ ਆਪਾਂ ਕਦੇ ਵੀ ਨਹੀਂ ਕਰ ਸਕਦੇ ਐਂ ਤਾਂ ਫਿਰ ਥੱਲੇ ਐਸ ਐਫ ਪੀ ਬਦਲ ਬਦਲ ਕੇ ਦੇਖੀ ਜਾਵੇ ਸੋ ਨਹੀਂ ਆਓ ਜੀ ਆਹ ਚੀਜ਼ਾਂ ਚੱਲੀ ਜਾਣੀਆਂ ਬਸ ਤਕਰੀਬਨ ਤਾਂ ਹੈਗਾ ਤੁਹਾਨੂੰ ਦੱਸਤਾ ਇਹ ਤੋਂ ਬਾਅਦ ਥੱਲੇ ਜਾਣ ਦਾ ਅੱਗੇ ਬਣਾਉਣੀ ਹੋਈ ਮੈਂ ਬਣਾ ਲੂੰਗਾ ਨਹੀਂ ਤਾਂ ਜੀ ਫਿਰ ਮਿਲਦੇ ਹਾਂ ਹੁਣ ਆਪਾਂ ਥੱਲੇ ਜਾ ਕੇ